ਪੰਜਾਬੀ ਖਬਰਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹੋਸ ਪਰਮਜੀਤ ਸਿੰਘ ਭਗਨਾ। ਸਭ ਤੋਂ ਪਹਿਲਾਂ ਨਿਗਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ। ਅਕਾਲੀ ਦਲ ਨੇ ਸੱਦੀ ਹੰਗਾਮੀ ਮੀਟਿੰਗ, ਪੰਜਾਬ ਦੇ ਵੱਡੇ ਮੁੱਦਿਆਂ ਤੇ ਹੋਵੇਗੀ ਚਰਚਾ। ਮੌਸਮ ਵਿਭਾਗ ਬਾਰਿਸ਼ ਦਾ ਅਲਰਟ, ਇਹਨਾਂ ਸੂਬਿਆਂ ਨੂੰ ਕੀਤਾ ਚੌਕਸ। ਕੋਰੋਨਾ ਦਾ ਕਹਿਰ, ਨੌਕਰੀਆਂ ਤੇ ਚੱਲੀ ਤਲਵਾਰ। ਦਿੱਗਜ ਅਮਰੀਕੀ ਕੰਪਨੀ ਵੱਲੋਂ 12,000 ਬੰਦਿਆਂ ਨੂੰ ਕੰਮ ਤੋਂ ਕੱਢਣ ਦਾ ਐਲਾਨ। ਪੰਜਾਬ ਸਰਕਾਰ ਚੱਕੇਗੀ ਹੋਰ ਕਰਜ਼, ਕੋਰੋਨਾ ਨੇ ਘਟਾਈ 30% ਦੀ ਆਮਦਨ। ਕਿਸਾਨਾਂ ਲਈ ਬੇਹੱਦ ਲਾਹੇਵੰਦ ਸਕੀਮ, ਸਿਰਫ 4% ਵਿਆਜ ਦਰ ਨਾਲ 5 ਲੱਖ ਦਾ ਕਰਜ਼। ਸ਼੍ਰੋਮਣੀ ਅਕਾਲੀ ਦਲ ਨੇ ਬੀਜ ਘੁਟਾਲੇ ਸੰਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ। ਗੁਰਦਾਸਪੁਰ 'ਚ ਪਰੇਸ਼ਾਨ ਪ੍ਰਵਾਸੀ ਮਜ਼ਦੂਰਾਂ ਨੇ ਲਾਕਡਾਊਨ ਕਾਰਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ। ਬਟਾਲਾ ਅੰਮ੍ਰਿਤਸਰ ਬਾਈਪਾਸ ਤੇ ਸੁੰਨਸਾਨ ਜਗ੍ਹਾ ਤੇ 1 ਵਿਅਕਤੀ ਦਾ ਹੋਇਆ ਕਤਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਟਿਊਬਵੈੱਲ ਤੇ ਮੁਫ਼ਤ ਬਿਜਲੀ ਸਪਲਾਈ ਬੰਦ ਹੋਣ ਤੇ ਬੀਜ ਘੁਟਾਲਾ ਤੇ ਮਾਲੀਆ ਘਾਟੇ ਆਦਿ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਪਾਰਟੀ ਦੀ ਕੋਰ ਕਮੇਟੀ ਹੰਗਾਮੀ ਮੀਟਿੰਗ ਸੱਦੀ ਹੈ ਤੇ ਇਹ ਮੀਟਿੰਗ 30 ਮਈ ਨੂੰ ਪਾਰਟੀ ਚੰਡੀਗੜ੍ਹ ਦਫ਼ਤਰ ਦੇ ਵਿੱਚ 12 ਵਜੇ ਕਰੇਗੀ। ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਇਹ ਮੀਟਿੰਗ ਕਰਨ ਦਾ ਵੱਡਾ ਫੈਸਲਾ ਲਿੱਤਾ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਆਏ ਦਿਨ ਹੋ ਰਹੇ ਵੱਡੇ ਵੱਡੇ ਘੁਟਾਲਿਆਂ ਦੇ ਉੱਪਰ ਹੁਣ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਚੌ ਪਾਸਿਓਂ ਘੇਰਨ ਦੀ ਤਿਆਰੀ ਦੇ ਵਿੱਚ ਹੈ। ਪਿਛਲੇ ਕੁਝ ਦਿਨਾਂ ਤੋਂ ਸਾਰੇ ਦੇਸ਼ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ, ਇੱਥੋਂ ਤੱਕ ਕਿ ਰਾਜਸਥਾਨ ਦੇ ਚਰੂ ਵਿੱਚ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ। ਇਹਦੇ ਨਾਲ ਹੀ ਦਿੱਲੀ ਦੇ ਵਿੱਚ ਤਾਪਮਾਨ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਹੋ ਸਕਦਾ। ਜੇ ਵੇਖਿਆ ਜਾਵੇ ਤਾਂ ਬੁੱਧਵਾਰ ਰਾਤ ਤੋਂ ਠੰਡੀਆਂ ਹਵਾਵਾਂ ਸ਼ੁਰੂ ਹੋ ਗਈਆਂ, ਜਿੱਥੇ ਵੀਰਵਾਰ ਸਵੇਰੇ ਮੌਸਮ ਖੁੱਲ੍ਹਿਆ ਅਤੇ ਧੁੱਪ ਵੀ ਨਿਕਲ ਆਈ। ਜਦੋਂ ਕਿ ਮਈ ਦੇ ਮਹੀਨੇ 'ਚ 20 ਤਾਰੀਖ ਤੋਂ ਬਾਅਦ ਮੌਸਮ ਗਰਮ ਹੋਣਾ ਸ਼ੁਰੂ ਹੋਇਆ। ਇਸ ਤੋਂ ਬਾਅਦ ਦੇਸ਼ ਦੇ ਲੋਕ ਮੀਂਹ ਅਤੇ ਮੌਸਮ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਭਾਰਤ ਦੇ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਮੌਸਮ ਚੇਤਾਵਨੀ ਜਾਰੀ ਕਰਦਿਆਂ ਕਿਹਾ। MIMD ਦਾ ਕਹਿਣਾ ਕਿ ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਅਲੱਗ ਅਲੱਗ ਥਾਈਂ ਭਾਰੀ ਤੇ ਵਧੇਰੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ। ਸੂਬੇ ਦੇ ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਤੇ ਲੁਧਿਆਣਾ ਦਾ ਤਾਪਮਾਨ ਕ੍ਰਮਵਾਰ 43.5, 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ ਆਮ ਨਾਲੋਂ 4 ਡਿਗਰੀ ਵੱਧ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਸੂਬੇ ਵਿੱਚ ਸਭ ਤੋਂ ਵੱਧ ਜ਼ਿਲ੍ਹਾ ਬਠਿੰਡਾ ਗਰਮ ਰਿਹਾ। ਅਮਰੀਕੀ ਕੰਪਨੀ ਬੋਇੰਗ ਨੇ 12,000 ਕਰਮਚਾਰੀ ਨੂੰ ਕੱਢਣ ਦਾ ਐਲਾਨ ਕੀਤਾ। ਇਹਨਾਂ ਵਿੱਚੋਂ 6,770 ਕਰਮਚਾਰੀ ਨੂੰ ਇਸ ਹਫ਼ਤੇ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ, ਬਾਕੀ ਬੱਚਿਆਂ ਅਗਲੇ ਹਫ਼ਤੇ ਇਹਨਾਂ ਦੀ ਛਾਂਟੀ ਕੀਤੀ ਜਾਵੇਗੀ। ਕੰਪਨੀ ਨੇ ਕਰਮਚਾਰੀਆਂ ਲਈ ਮਰਜ਼ੀ ਨਾਲ ਨੌਕਰੀ ਛੱਡਣ ਦੀ ਪ੍ਰਤੀਕਿਰਿਆ ਚਲਾਈ ਹੋਈ ਹੈ। ਇਸ ਲਈ ਛਾਂਟੀ ਦੀ ਇਸ ਯੋਜਨਾ ਦੇ ਤਹਿਤ ਨੌਕਰੀ ਛੱਡਣ ਵਾਲੇ ਕਰਮਚਾਰੀ ਸ਼ਾਮਲ ਹਨ। ਬੋਇੰਗ ਨੇ ਕਰੀਬ 1.6 ਲੱਖ ਲੋਕ ਜਿਸ ਵਿੱਚ ਕੰਮ ਕਰਦੇ ਨੇ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਹਵਾਈ ਸਫ਼ਰ ਪ੍ਰਭਾਵਿਤ ਹੋਇਆ। ਕੰਪਨੀ ਦਾ ਮੰਨਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਇਸ ਲਈ ਕੰਪਨੀ ਆਪਣੇ ਕੁਝ ਕਰਮਚਾਰੀਆਂ ਨੂੰ 10% ਤੋਂ ਨੌਕਰੀ ਤੋਂ ਕੱਢਣ ਦਾ ਵੱਡਾ ਫੈਸਲਾ ਲੈ ਚੁੱਕੀ ਹੈ। ਪੰਜਾਬ ਵਿੱਚ ਆਬਕਾਰੀ ਆਮਦਨੀ ਵਿੱਚ ਕਮੀ ਆਉਣ ਦੇ ਖਾਸੇ ਦੇ ਤਹਿਤ ਪੰਜਾਬ ਸਰਕਾਰ ਨੇ ਕਈ ਤਰ੍ਹਾਂ ਦੇ ਸੁਧਾਰ ਕਰ ਲਏ ਨੇ, ਪਰ ਪੰਜਾਬ ਨੂੰ ਸਭ ਕੁਝ ਘਰੇਲੂ ਉਤਪਾਦ GSDP ਦਾ 1.5% ਵਾਧੂ ਕਰਜ਼ ਲੈਣ ਦਾ ਯੋਗ ਬਣਾਇਆ ਗਿਆ। ਕੋਰੋਨਾ ਮਹਾਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਇਹ ਤੈਅ ਕੀਤਾ ਗਿਆ, ਇਹਨਾਂ ਸੁਧਾਰਾਂ ਨੂੰ ਅਮਲ 'ਚ ਲਿਆਉਂਦੇ ਹੋਏ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਕਿਉਂਕਿ ਵਾਧੂ ਕਰਜ਼ ਹੱਦ ਸਿਰਫ ਵਰ੍ਹੇ 2020 ਤੇ 2021 ਲਈ ਉਪਲਬਧ ਹੈ। ਮੰਤਰੀ ਮੰਡਲ ਨੇ ਪੰਜਾਬ ਦੀ ਵਿੱਤੀ ਜ਼ਿੰਮੇਵਾਰੀ ਦੇ ਬਜਟ ਸੈਸ਼ਨ ਪ੍ਰਬੰਧਨ ਐਕਟ 2003 ਦੀ ਜ਼ਰੂਰੀ ਸੋਧ ਕਰਨ ਦੇ ਸੰਵਿਧਾਨਕ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਕਾਨੂੰਨੀ ਸਲਾਹਕਾਰ ਵੱਲੋਂ ਮਨਜ਼ੂਰ ਕੀਤੇ ਗਏ ਅੰਤਮ ਮਸੌਦੇ ਤੇ ਮੋਹਰ ਲਾਉਣ ਲਈ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ। ਦੱਸਿਆ ਗਿਆ ਕਿ ਭਾਰਤ ਸਰਕਾਰ ਨੇ 7 ਮਈ 2020 ਤੇ ਪੱਤਰ ਮੁਤਾਬਕ ਵਰ੍ਹੇ 2020 ਤੇ 2021 ਵਿੱਚ ਸੂਬਿਆਂ ਵੱਲੋਂ GDP ਦਾ 2% ਤੱਕ ਵੱਧ ਕਰਜ਼ਾ ਲੈਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਕਰਜ਼ ਦੀ ਹੱਦ ਸਿਰਫ 0.5% ਤੱਕ ਬਿਨਾਂ ਸ਼ਰਤ ਢਿੱਲ ਦਿੱਤੀ ਗਈ ਹੈ। ਕਿਸਾਨ ਕ੍ਰੈਡਿਟ ਕਾਰਡ ਛੋਟੇ ਕਿਸਾਨਾਂ ਦੀ ਮਦਦ ਕਰਨ ਲਈ ਸਰਕਾਰ ਨੇ ਖਾਸ ਯੋਜਨਾ ਬਣਾਈ ਹੈ। ਭਾਰਤ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਰੱਖਣ ਵਾਲੇ ਛੋਟੇ ਕਿਸਾਨਾਂ ਨੂੰ ਬਿਨਾਂ ਗਰੰਟੀ ਦੇ 1.6 ਲੱਖ ਤੱਕ ਦੀ KCC ਕਰਜ਼ ਦਿੰਦੀ ਹੈ।
ਮਾਹਿਰਾਂ ਦੇ ਮੁਤਾਬਕ ਕਿਸਾਨ 3 ਸਾਲ ਵਿੱਚ 5 ਲੱਖ ਰੁਪਏ ਤੱਕ ਦਾ KCC ਲੋਨ ਲੈ ਸਕਦੇ ਨੇ। KCC ਕਰਜ਼ ਤੇ ਵਿਆਜ ਦਰ ਬਹੁਤ ਘੱਟ ਹੁੰਦੀ ਹੈ, ਸਿਰਫ 4% ਸਾਲਾਨਾ। ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਲੈਣ ਲਈ PM ਕਿਸਾਨ ਸਨਮਾਨ ਨਿਧੀ ਯੋਜਨਾ 'ਚ ਅਕਾਊਂਟ ਖੁਲਵਾਉਣਾ ਲਾਜ਼ਮੀ ਹੁੰਦਾ ਹੈ। ਕਿਸਾਨ ਕ੍ਰੈਡਿਟ ਕਾਰਡ 5 ਸਾਲ ਲਈ ਲਾਜ਼ਮੀ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਸਾਰੇ KCC ਕਰਜ਼ ਫਸਲ ਬੀਮਾ ਯੋਜਨਾ ਦੇ ਅੰਦਰ ਕਵਰ ਹੁੰਦੇ ਨੇ। ਕੇਂਦਰ ਸਰਕਾਰ ਨੇ ਕਿਹਾ ਕਿ ਉਹ ਕਰੀਬ 2.5 ਕਰੋੜ ਕਿਸਾਨ ਕ੍ਰੈਡਿਟ ਕਾਰਡ ਵੰਡਣ ਜਾ ਰਹੀ ਹੈ। ਇਹ ਛੋਟੇ ਕਿਸਾਨਾਂ ਨੂੰ KCC ਦਾ ਲਾਭ, ਸਸਤੇ KCC ਲੋਨ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕਿਸਾਨ ਕ੍ਰੈਡਿਟ ਕਾਰਡ ਲਈ ਆਨਲਾਈਨ ਬਿਨੈਕਾਰ ਕੀਤਾ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਜ ਘੁਟਾਲੇ ਦਾ ਪਰਦਾ ਫਾਸ਼ ਕਰਦਿਆਂ ਉਹਨਾਂ ਦੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੀ ਇੱਕ ਬੀਜ ਫੈਕਟਰੀ ਦੇ ਦੋਸ਼ ਲਗਾਏ ਗਏ ਨੇ ਕਿ ਬੀਜ ਫੈਕਟਰੀ ਵਿੱਚ ਝੋਨੇ ਦਾ ਅਜਿਹਾ ਬੀਜ PR 128 ਤੇ PR 129 ਵੇਚਿਆ ਜਾ ਰਿਹਾ ਜਿਸ ਨੂੰ ਅਧਿਕਾਰਿਕ ਤੌਰ ਤੇ ਵੇਚਿਆ ਨਹੀਂ ਜਾ ਸਕਦਾ। ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਰਿਸ਼ਵਤ ਲੈਣ ਦਾ ਵੀ ਦੋਸ਼ ਲਾਇਆ। ਇਸ ਘੁਟਾਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਤੇ ਅੱਜ ਇਸ ਘੁਟਾਲੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜ ਕੇ ਇਸ ਕਾਰਨ ਅੱਜ ਗੁਰਦਾਸਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਵਾਲੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਪਾਕ ਨੂੰ ਮੰਗ ਪੱਤਰ ਭੇਜਿਆ ਗਿਆ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਜਿੱਥੇ ਗੁਰਬਚਨ ਬੱਬੇ ਹਾਲੀ ਨਾਲ ਗੱਲਬਾਤ ਕੀਤੀ ਹੈ ਉੱਥੇ ਹੀ ਲਖਵੀਰ ਲੋਧੀ ਨੰਗਲ ਨਾਲ ਵੀ ਖਾਸ ਗੱਲਬਾਤ ਕੀਤੀ। ਅੱਜ ਇਹ ਮੰਗ ਪੱਤਰ ਅਸੀਂ ਜੀ ਸਭ ਨੂੰ ਦੇ ਕੇ ਆਏ ਹਾਂ। MLA ਸਾਹਿਬ, ਗੁਰਨਿਗਰ ਸਾਹਿਬ ਨਾਲ ਸੀਗੇ, ਰਵੀ ਕਾਲ ਸਾਹਿਬ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਵਰਕਰ ਨੇ, ਉਹ ਸੱਦੇ ਗਏ ਨੇ, ਸੱਦੇ ਗਏ ਸਾਰਿਆਂ ਨੂੰ ਸੱਦ ਨਹੀਂ ਸਕੇ ਕਿਉਂਕਿ ਸਾਨੂੰ ਪਤਾ ਸਾਰੇ ਹਾਲਾਤਾਂ ਦਾ। ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਪੀਕਰ ਸਿੰਘ ਬਾਦਲ ਦਾ ਹੁਕਮ ਸੀ ਸਪੀਕਰ ਸਾਹਿਬ ਨੂੰ ਇਹ ਮੰਗ ਪੱਤਰ ਦੇਣਾ ਕਿ ਉਹ ਅਖਬਾਰਾਂ ਵਿੱਚ ਤੇ ਮੀਡੀਆ 'ਚ ਤੁਸੀਂ ਵੇਖਿਆ ਕਿਹੜਾ ਬੀਜ ਝੋਨੇ ਦਾ ਬੜਾ ਵੱਡਾ ਘਟਾਲਾ ਹੋਇਆ, ਕਿਹੜਾ ਬਰਾੜ ਜਿਹੜਾ ਸੀਡ ਸਟੋਰ ਆ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੇ, ਉਹਨਾਂ ਨੇ ਹਜ਼ਾਰਾਂ ਕੁਇੰਟਲ ਜਿਹੜਾ ਉਹ ਬੀਜ ਜਿਹੜਾ ਉਹ ਮਿਲਾ ਕੇ PR 128 ਤੇ 29 ਦੀਆਂ ਪੈਕਿੰਗ ਕਰਕੇ ਵੰਡੀ। ਐਗਰੀਕਲਚਰ ਵਾਲੇ ਕਹਿੰਦੇ ਨੇ, ਮਾਹਿਰ ਜਿਹੜੇ ਨੇ ਯੂਨੀਵਰਸਿਟੀ ਵਾਲੇ, ਕਿ ਇਹਦਾ ਜਿਹੜਾ ਰੇਟ ਆ ਉਹ 70 ਰੁਪਏ ਕਿਲੋ ਆ, ਉਹਨਾਂ 200 ਰੁਪਏ ਕਿਲੋ ਜਿਹੜਾ ਇਹ ਬੀਜ ਦਿੱਤਾ, 20,000 ਰੁਪਏ ਕੁਇੰਟਲ ਬਣ ਜਾਂਦਾ। ਅਤੇ ਉਹ ਕਹਿ ਰਿਹਾ ਕਿ ਵੈਰੋ ਕੇ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਦੇ ਤੋਂ ਲੱਕੀ ਢਿੱਲੋਂ ਕੋਲ ਬੀਜ ਖਰੀਦਿਆ, ਜਿਹੜਾ ਸੁਰਜਿੰਦਰ ਸਿੰਘ ਰਾਜ ਦੀ ਸੱਜੀ ਬਾਂਹ ਆ, ਅਤੇ ਉਹ ਜਿਹੜਾ ਉਹਨੇ ਬੀਜ ਖਰੀਦਿਆ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਉਹਨੇ ਕਿੱਥੇ ਬੀਜਿਆ, ਕਿੱਥੋਂ ਆਇਆ। ਹੁਣ ਵੱਡਾ ਜਿਹੜੀ ਚਿੰਤਾ ਦਾ ਵਿਸ਼ਾ ਇਹ ਆ ਕਿ ਜਿਹੜਾ ਬੀਜ ਰਲਾ ਕੇ ਡੁਪਲੀਕੇਟ ਬੀਜਿਆ ਗਿਆ, ਕਿਸਾਨ ਨੇ ਪਨੀਰੀ ਬੀਜ ਲਿਆ, ਉਹਨਾਂ ਦਾ ਅਨਾਜ ਕਿਸੇ ਨੇ ਕਾਹਨੂੰ ਲੈਣਾ ਨਹੀਂ, ਉਹਦਾ ਘਾਟੇ ਦਾ ਜ਼ਿੰਮੇਵਾਰੀ ਕੌਣ ਹੋਏਗਾ। ਦੂਜੀ ਗੱਲ ਇਹ ਵੀ ਜੇ ਬਰਾੜ ਦੇ ਬੰਦਿਆਂ ਤੇ ਬਰਾੜ ਦੇ ਜਿਹੜੀ ਉਹਨਾਂ ਨੇ ਲਾਇਆ ਸਟੋਰ ਬਣਾਇਆ ਉਹਤੇ ਪਰਚਾ ਹੋ ਗਿਆ, ਅਤੇ ਜਿੱਥੋਂ ਖਰੀਦਿਆ ਗਿਆ ਵੈਰੋਕੇ ਵਾਲਿਆਂ ਕੋਲ ਲੱਗੀ ਉਹਤੇ ਕੋਈ ਪਰਚਾ ਨਹੀਂ, ਜੇ ਧਾਰਾਂ ਲੱਗਣੀਆਂ ਚਾਹੀਦੀਆਂ ਪਰਚੇ 'ਚ ਉਹ ਵੀ ਕੋਈ ਨਹੀਂ ਲੱਗੀਆਂ। ਇਹ ਕਿਹੜੇ ਮੰਗ ਪੱਤਰ ਦੇ ਕੇ ਆਏ ਹਾਂ ਕਿ ਇਹਦਾ ਸਖਤੀ ਦੇ ਨਾਲ ਇਹਦੀ ਕਾਰਵਾਈ ਹੋਣੀ ਚਾਹੀਦੀ ਆ, ਔਰ ਸੁਰਜਿੰਦਰ ਰੰਧਾਵੇ 'ਤੇ ਵੀ ਇਹ ਪਰਚਾ ਹੋਣਾ ਚਾਹੀਦਾ, ਅਤੇ ਉਹਦੇ ਕੋਲ ਅਸਤੀਫੇ ਦੀ ਮੰਗ ਵੀ ਅਸੀਂ ਕਰਕੇ ਆਏ ਕਿ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਜਦੋਂ ਇੱਡੇ ਗੰਭੀਰ ਦੋਸ਼ ਉੱਤੇ ਲੱਗੇ ਡੇਰਾ ਬਾਬਾ ਨਾਨਕ ਹਲਕੇ ਦਾ ਬੰਦਾ, ਉੱਤੇ ਉਹ ਪਰਚਾ ਨਹੀਂ ਕਰ ਰਿਹਾ, ਉਹਦਾ ਰਿਜਾਈਨ ਲੈਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ। ਇਨਕੁਆਇਰੀ ਜਦੋਂ ਹੋਏਗੀ ਉਸ ਤੋਂ ਬਾਅਦ ਜੇ ਉਹ ਠੀਕ ਹੋਏਗਾ ਤਾਂ ਦੁਬਾਰਾ ਉਹਨੂੰ ਆਪਣੀ ਕੈਬਨਿਟ 'ਚ ਲੈ ਲੈਣਾ, ਕਿਉਂਕਿ ਜਦੋਂ ਮੰਤਰੀ ਸਰਕਾਰ ਦੇ ਵਿੱਚ ਆ ਉਹ ਜਿਹੜੀ ਇਨਕੁਆਇਰੀ ਜਿਹੜੀ ਆ ਸਹੀ ਨਹੀਂ ਹੋਣੀ। ਇਹਦੇ ਨਾਲ ਨਾਲ ਸਰਕਾਰ ਜੋ ਕਰ ਰਹੀ ਆ ਲੋਕਾਂ ਦਾ ਚੁੰਬੜ ਕੱਢ ਰਹੀ ਆ ਕਿ ਨਕਲੀ ਸ਼ਰਾਬ ਦੀਆਂ ਫੈਕਟਰੀ ਉੱਧਰ ਫੜੀ ਗਈ ਖੰਨੇ ਆ, 5600 ਕਰੋੜ ਰੁਪਏ ਦਾ ਘਾਟਾ, ਕੋਈ ਕਾਰਵਾਈ ਨਹੀਂ। ਆਹ ਰੇਤ ਦੀ ਗੱਲ ਆ, 26 ਕਰੋੜ ਰੁਪਏ ਦੇ ਵੀ ਆਏ, 4 ਕਰੋੜ ਠੇਕੇਦਾਰਾਂ ਨੂੰ ਕਹਿ ਤਾ ਤੁਸੀਂ ਦੇ ਦਿਓ। ਸੋ ਇਸ ਕਰਕੇ ਜਿਹੜਾ ਅਨਾਜ ਆਇਆ ਸਾਡਾ ਜਿਹੜਾ ਪੈਸਾ ਆਇਆ ਸੈਂਟਰ 'ਚੋਂ ਉਹ ਵੀ ਪੰਜਾਬ ਸਰਕਾਰ ਨੇ ਨਹੀਂ ਸਹੀ ਤਰੀਕੇ ਨਾਲ ਵੰਡਿਆ। ਲੋਕ ਕਹਿ ਰਹੇ ਨੇ ਕਿ ਅਨਾਜ ਘੱਟ ਮਿਲ ਰਿਹਾ, ਜੇ ਕਿਸੇ ਦੇ 6 ਜੀ ਨੇ ਤਾਂ ਅਨਾਜ ਜਿਹੜਾ ਉਹਨੂੰ 2 ਜੀਆਂ ਦਾ ਮਿਲ ਰਿਹਾ। ਇਹ ਸਾਰੀਆਂ ਗੱਲਾਂ ਅਸੀਂ ਇਹ ਮੰਗ ਪੱਤਰ ਜਿਹੜਾ ਦੇ ਕੇ ਆਏ ਹਾਂ ਜੀ ਸਾਹਿਬ ਨੂੰ, ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹੋ ਕਿ ਸਾਡੀ ਇਹ ਡਿਮਾਂਡ ਆ ਪਾਰਟੀ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ, ਸਾਨੂੰ ਅਜੇ ਦੇਸ਼ੀ ਅਸੀਂ ਸਾਰੀ ਲੀਡਰਸ਼ਿਪ ਜਿਹੜੀ ਆ ਇਹ ਉਹਨਾਂ ਨੂੰ ਇੱਥੇ ਮੰਗ ਪੱਤਰ ਦੇ ਕੇ ਆਏ ਕਿ ਇੱਥੇ ਕਾਰਵਾਈ ਕੀਤੀ। ਸਿੱਟ ਬਣਾ ਕੇ ਸੱਜਣ ਕੁਮਾਰ ਨੂੰ ਅੰਦਰ ਦਿੱਤਾ ਕਿ ਨਹੀਂ ਦਿੱਤਾ, ਇਹ ਰਿਕਾਰਡ ਤੇ ਗੱਲ ਆਉਂਦੀ ਆ। ਸਰਕਾਰ ਬਣ ਜਾਣੀ ਆ, ਲੋਕ ਕਹਿ ਰਹੇ ਨੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਣਨਾ, ਫਿਰ ਸਿੱਟ ਬਣਾਵਾਂਗੇ, ਫਿਰ ਸੁਰਜਿੰਦਰ ਸਿੰਘ ਰੰਧਾਵੇ ਤੇ ਵੀ ਕਾਰਵਾਈ ਕਰਾਂਗੇ, ਜਿਹੜੇ ਹੋਰ ਬੰਦੇ ਉਹਦੇ ਵੀ ਕਾਰਵਾਈ ਕਰਾਂਗੇ। ਸਾਨੂੰ ਪਤਾ ਆ
ਕਿ ਮੁੱਖ ਮੰਤਰੀ ਨੇ ਕੁਛ ਨਹੀਂ ਕਰਨਾ, ਪਰ ਮੁੱਖ ਮੰਤਰੀ ਨੂੰ ਚਾਹੀਦਾ ਹੁਣ ਕਾਬੂ ਆਇਆ ਉਹਦੇ ਖਿਲਾਫ਼ ਬੋਲਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ, ਹੁਣ ਚੜ੍ਹਦੇ ਗੱਡੀ ਇਹਨੂੰ ਜਦੋਂ ਇੰਕੁਆਇਰੀ ਤੋਂ ਬਾਅਦ ਫਿਰ ਲੱਲੇ ਮੁੜ ਕੇ ਕੈਬਨਿਟ ਦੇ ਵਿੱਚ, ਹੁਣ ਇਹ ਤਾਂ ਮੁੱਖ ਮੰਤਰੀ ਦੀ ਕਮਜ਼ੋਰੀ ਆ ਨਾ ਵੀ ਨਾ ਹੁਣ ਕੋਈ ਗੱਲ ਕਰੇ, ਅਸੀਂ ਤਾਂ ਮੁੱਦਾ ਦੱਸਦਾ ਤੇ ਜੇ ਲੱਕੀ ਢਿੱਲੋਂ ਕਹਿੰਦਾ ਬਰਾੜ ਕਹਿੰਦਾ ਵੀ ਇਹ ਸਿਆਸੀ ਗੱਲ ਆ, ਦੂਜੀ ਤਾਂ ਉਹਨੂੰ ਪੁੱਛੋ ਵੀ ਬੀਜ ਵੇਚਿਆ ਕਿ ਨਹੀਂ ਵੇਚਿਆ, ਕਿਸਾਨ ਦੇ ਪੈਰਾਂ 'ਤੇ ਪਰਚਾ ਹੋਇਆ ਕਿ ਨਹੀਂ ਹੋਇਆ, ਤੇ ਫਿਰ ਲੱਕੀ ਢਿੱਲੋਂ ਦੱਸਦੇ ਵੀ ਕਿਹੜਾ ਉਹਦਾ ਫਾਰਮਰ ਇੱਥੇ ਬੀਜ ਤਿਆਰ ਕਰਦਾ, ਉਹਨੂੰ ਫਿਰ ਕਰਨਾਲ ਬੀਜ ਸਟੋਰ ਕਰਨਾਲ ਦਾ ਭੁਲੇਖਾ ਪਾ ਕੇ ਅਤੇ ਵੇਚਣ ਡੇਰੇ ਬਾਬੇ ਨਾਨਕ ਦਿਆ, ਇਹ ਕਰਕੇ ਕੋਈ ਸਿਆਸੀ ਗੱਲ ਨਹੀਂ ਗਈ, ਇਹ ਸਾਰੀ ਗੱਲ ਜਿਹੜੀ ਆ ਵਿਚਾਰ ਕੇ ਫਿਰ ਅਸੀਂ ਲੋਕਾਂ ਦੇ ਸਾਹਮਣੇ ਰੱਖੀ ਆ ਵੀ ਲੋਕ ਬਚ ਜਾਣ, ਅਸੀਂ ਗੱਲ ਨਹੀਂ ਚੁੱਕਦੇ, ਚੁੱਪ ਕਰ ਜਾਂਦੇ ਹਾਂ ਕਿ ਲੋਕ ਕਹਿਣ ਨਾ ਸਿਆਸੀ ਗੱਲ ਆ, ਕਰੋਨਾ ਦੀ ਗੱਲ ਆ, ਦੂਜੀ ਤੀਜੀ ਗੱਲ ਆ, ਅਤੇ ਫਿਰ ਲੋਕਾਂ ਦਾ ਸੇਵਾਦਾਰ ਰਿਹਾ ਅਤੇ ਫਿਰ ਲੋਕਾਂ ਕਹਿਣਾ ਜੀ ਤੁਹਾਨੂੰ ਪਤਾ ਲੱਗਾ ਤੁਸੀਂ ਕਿਉਂ ਨਹੀਂ ਅੱਜ, ਅਤੇ ਸਾਡਾ ਫਰਜ਼ ਬਣਦਾ ਸਾਡੀ ਡਿਊਟੀ ਬਣਦੀ। ਇਹ ਗੱਲ ਬੜੀ ਸਾਫ਼ ਆ, ਵਿਧਾਨ ਸਭਾ ਦੇ ਵਿੱਚ ਤੇ ਮੁੱਦਾ ਜਿਹੜਾ ਜਾਣਾ ਜਾਣਾ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਅਸੀਂ ਉੱਥੇ ਮੁੱਦਾ ਚੁੱਕਾਂਗੇ, ਕਿਉਂਕਿ ਸਾਡੀ ਪਾਰਟੀ ਨੇ ਇਹ ਵਿਸ਼ਾ ਬੜਾ ਗੰਭੀਰ ਆ, ਪੰਜਾਬ ਦੇ ਕਿਸਾਨਾਂ ਨਾਲ ਜੁੜਿਆ ਆ, ਪੰਜਾਬ ਦੇ ਕਿਸਾਨਾਂ ਦੀ ਖੁਦਕੁਸ਼ੀਆਂ ਦੀ ਹਾਲਤ ਅੱਗੇ ਆਪਾਂ ਸਾਰੇ ਵੇਖਦੇ ਹਾਂ, ਔਰ ਜੇ ਖੁਦਾ ਨਖਾਸਤਾ ਇਹ ਮਸਲਾ ਐਸਾ ਆਇਆ ਆ, ਮੈਂ ਕਿਉਂਕਿ ਖੁਦ ਜ਼ਿੰਮੇਦਾਰ ਹਾਂ, ਜਦੋਂ ਅਸੀਂ ਅੱਜ ਪਨੀਰੀ ਐਸੀ ਬੀਜ ਲੈਣੀ ਆ ਜਿਹਦੀ ਗਾਹ ਖਰੀਦ ਹੀ ਨਹੀਂ ਹੋਣੀ, ਕਿਉਂਕਿ ਉਹਨੂੰ ਸ਼ੈਲਰ ਵਾਲੇ ਨੇ ਨਹੀਂ ਖਰੀਦਣਾ, ਸ਼ੈਲਰ ਵਾਲੇ ਨੇ ਇਸ ਕਰਕੇ ਨਹੀਂ ਖਰੀਦਣਾ ਵੀ ਉਹਦੇ ਚੌਲ ਜਿਹੜੇ ਨੇ ਗਾਹ ਲੱਗਣੇ ਨੀਗੇ, ਤੋ ਉਹ ਸਮੱਸਿਆ ਇੱਕ ਬੜੀ ਵੱਡੀ ਆ, ਅੱਜ ਸ਼ੁਰੂ ਹੋਈ ਆ, ਪਤਾ ਨੀ ਗਾ ਹੁਣ ਜਿਵੇਂ ਬੱਬੇ ਵਾਲੀ ਸਾਹਿਬ ਨੇ ਦੱਸਿਆ ਕਿ ਕਿੰਨੇ ਟਨ ਜਿਹੜਾ ਆ ਬੀਜ ਵੇਗਿਆ, ਉਹ ਲੋਕਾਂ ਬਾਰਬਰਾਂ ਨੇ ਉਹ ਜਿਹੜੀ ਪਨੀਰੀ ਬੀਜਣੀ ਆ ਉਹ ਗਾਹ ਪੈਲੀਆਂ 'ਚ ਲੱਗਣੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਨਤੀਜਾ ਬੜਾ ਭਿਆਨਕ ਨਿਕਲਣਾ ਹੈ, ਇਸ ਕਰਕੇ ਪਾਰਟੀ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ, ਮਜੀਠਾ ਜੀ ਵੱਲੋਂ ਜਿਹੜਾ ਇਹ ਸਾਰਾ ਮੁੱਦਾ ਚੁੱਕਿਆ ਗਿਆ ਆ ਇਹਦੀ ਗੰਭੀਰਤਾ ਨੂੰ ਵੇਖ ਕੇ ਚੁੱਕਿਆ ਗਿਆ, ਔਰ ਮੈਂ ਕਿਹਾ ਸਟੇਟ ਦੇ ਹਿੱਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਆ, ਬੜੀ ਬਰਬਾਦੀ ਦੇ ਰਾਹ ਦੇ ਉੱਤੇ ਕਾਂਗਰਸ ਨੇ ਸਟੇਟ ਨੂੰ ਤੋਰ ਦਿੱਤਾ ਆ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਵੀ ਇਹਦੇ ਹੋਰ ਗੰਭੀਰ ਨਤੀਜੇ ਕਿੰਨੇ ਜ਼ਿਆਦਾ ਨਿਕਲਗੇ, ਹਰ ਬੰਨੇ ਲੋਟੀ ਲੋਟਿਆ ਲੋਟੀ ਲੋਟਿਆ। ਤਾਲਾਬੰਦੀ ਕਾਰਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਬਾਹਰ ਮਜ਼ਦੂਰਾਂ ਦੀ ਸਹਾਇਤਾ ਨਾਲ ਗੁਰਦਾਸਪੁਰ ਦੇ ਵਿੱਚ ਫਸੇ ਲਗਭਗ 100 ਪ੍ਰਵਾਸੀ ਮਜ਼ਦੂਰ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਲਗਾਏ ਗਏ ਦੋਸ਼ਾਂ ਦੇ ਦਰਜ ਹੋਣ ਦੇ ਬਾਵਜੂਦ ਰੋਸ ਪ੍ਰਦਰਸ਼ਨ ਕਰ ਰਹੇ ਨੇ, ਨਾ ਉਹਨਾਂ ਨੇ ਰਾਜ ਭੇਜਣ ਦੀ ਕੋਈ ਤਿਆਰੀ ਕੀਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਨੂੰ ਖਾਣਾ ਦਿੱਤਾ ਜਾ ਰਿਹਾ, ਉਹਨਾਂ ਦੇ ਬੱਚਿਆਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ, ਉਹ ਭੁੱਖ ਦੇ ਨਾਲ ਮਰ ਰਹੇ ਨੇ, ਇਹ ਕਹਿਣਾ ਉਹਨਾਂ ਮਜ਼ਦੂਰਾਂ ਦਾ ਜੋ ਅੱਜ ਪ੍ਰਦਰਸ਼ਨ ਕਰਨ ਉੱਥੇ ਪਹੁੰਚੇ। ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਉਹਨਾਂ ਦੇ ਰਾਜ ਛੱਤੀਸਗੜ੍ਹ ਭੇਜਿਆ ਜਾਵੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਜਿੱਥੇ ਇਹਨਾਂ ਮੁਸਾਫਰਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਆਲਾ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ। ਯਹਾਂ ਪੇ ਸਰ ਹਮਕੋ ਖਾਣੇ ਪੀਣੇ ਕੋਈ ਵਿਵਸਥਾ ਨਹੀਂ ਹੈ, ਔਰ ਘਰ ਜਾਣਾ ਚਾਹਤੇ ਹੈ, ਕੋਈ ਟ੍ਰੇਨ ਕੀ ਸੁਵਿਧਾ ਨਹੀਂ ਦੇ ਜਾ ਰਹਾ ਹੈ, ਔਰ ਜਹਾਂ ਪੇ ਹਮਲੋਕ ਠਹਿਰੇ ਥੇ ਸੀ ਰਹੇ ਗੋਇਨਪੁਰ ਚੀਮਾ ਕੋਈ ਭੱਠੇ ਮੇ, ਵਹਾਂ ਸੇ ਹਮਕੋ ਫੋਨ ਕਰਕੇ ਬੁਲਾਇਆ ਹੈ ਸਰ, ਔਰ ਸੁੱਖਾ ਤਲਾਬ ਮੇ ਹਮ ਕੱਲ ਸੇ ਆਏ ਹੈ, ਸ਼ਾਸਨ ਕੋ ਹਮਕੋ ਕੋਈ ਖਾਣੇ ਪੀਣੇ ਕੀ ਸੁਵਿਧਾ ਨਹੀਂ ਦੇ ਰਹਾ ਹੈ, ਨਾ ਕੋਈ ਜਾ ਕਰ ਹਮੇ ਕੁਝ ਵੀ ਨਹੀਂ ਰਹਾ ਹੈ, ਕਿ ਆਪਕੋ ਕਿਆ ਦਿੱਕਤ ਹੈ, ਕਿਆ ਚਾਹੀਏ ਆਪਕੋ, ਕਿਸੀ ਚੀਜ਼ ਕੀ ਹਮੇ ਕੋਈ ਸੁਵਿਧਾ ਦੀ ਨਹੀਂ ਜਾ ਰਹੇ ਸਰ, ਤੋ ਹਮ ਸਰਕਾਰ ਸੇ ਬੇਨਤੀ ਕਰ ਰਹੇ ਹੈ ਕਿ ਹਮਕੋ ਛੱਤੀਸਗੜ੍ਹ ਭੇਜਾ ਜਾਏ, ਔਰ ਖਾਣੇ ਪੀਣੇ ਕੀ ਵਿਵਸਥਾ ਕੀਆ ਜਾਏ। ਕਿਤੇ ਲੋਗ ਬੱਚੇ ਕਿੰਨੇ ਸਾਰੇ ਹੋਗੇ? ਬੱਚੇ ਸਭੀ ਬੰਦੇ ਕਰ ਕਰੇ ਹਮ 40 ਹੈ ਟੋਟਲ, ਬੱਚੇ 10-12, ਅਭੀ ਤੋ ਹਮ ਲੋਗ ਬੈਠੇ ਹੈ ਸੁਖਾ ਤਲਾਬ ਮੇ, ਠੀਕ ਹੈ, ਬੁਲਾਇਆ ਗਿਆ ਹੈ। ਹਾਂ ਹਮਕੋ ਘਰ ਜਾਣਾ ਹੈ, ਛੱਤੀਸਗੜ੍ਹ ਜਾਣਾ ਹੈ, ਬੱਚੇ ਉੱਚੇ ਛੋੜ ਕਰ ਆਏ ਹੈ, ਫਿਰ ਖਾਣਾ ਪੀਣਾ ਵੀ ਨਹੀਂ ਮਿਲਤਾ ਹੈ ਹਮਕੋ, ਹਮਕੋ ਬਸ ਘਰ ਜਾਣਾ ਹੈ, ਹਮ ਕੱਲ੍ਹ ਸੇ ਆਏ ਹੈ, ਖਾਣਾ ਪੀਣਾ ਵੀ ਨਹੀਂ ਪਾ ਰਹੇ ਹੈ, ਭੁੱਖਾ ਪਿਆਸਾ ਹੈ, ਖਾਣ ਧੁੱਪ ਮੇ ਬੱਚੇ ਹੈ ਭੀਗ ਗਏ, ਹਮਕੋ ਘਰ ਜਾਣਾ ਹੈ, ਬਟਾਲਾ ਤੇ ਅੰਮ੍ਰਿਤਸਰ ਬਾਈਪਾਸ ਦੇ ਕੋਲ ਸੁੰਨਸਾਨ ਜਗ੍ਹਾ ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਤਲਾਹ ਮਿਲਣ ਅਨੁਸਾਰ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਮੁਖੀਆ ਮੁਖਤਿਆਰ ਸਿੰਘ ਨੇ ਜਾਂਚ ਦੇ ਵਿੱਚ ਪਾਇਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਰਾਜਕੁਮਾਰ ਹੈ ਤੇ ਉਹ ਠੱਠਿਆਰੀ ਮੁਹੱਲਾ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦਾ ਗਲਾ ਕੱਟ ਕੇ ਉਹਦੀ ਹੱਤਿਆ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਰਾਜਕੁਮਾਰ ਕੱਲ੍ਹ ਆਪਣੇ ਘਰੋਂ ਕਿਸੇ ਕੰਮ ਤੋਂ ਗਿਆ ਸੀ ਪਰ ਉਹ ਵਾਪਸ ਨਹੀਂ ਆਇਆ ਤੇ ਕੱਲ੍ਹ ਰਾਤ ਸ਼ਾਮ ਨੂੰ ਉਹਦੀ ਮ੍ਰਿਤਕ ਦੇ ਅੰਮ੍ਰਿਤਸਰ ਬਾਈਪਾਸ ਦੇ ਨਜ਼ਦੀਕ ਸੁੰਨਸਾਨ ਜਗ੍ਹਾ ਦੇ ਉੱਪਰ ਮਿਲੀ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਮੁਖਤਿਆਰ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ। ਅੱਜ ਪਤਾ ਲੱਗਿਆ ਕਰੀਬ 5 ਵਜੇ ਰਾਜਕੁਮਾਰ ਨਾਮ ਦਾ ਹੈਗਾ ਆਦਮੀ ਠਠਿਆਰੀ ਗੇਟ ਦਾ ਰਹਿਣ ਵਾਲਾ, ਉਹਦੀ ਬੋਡੀ ਇੱਥੇ ਮਿਲੀ ਸੀ। ਜਦੋਂ ਮੌਕੇ 'ਤੇ ਆ ਕੇ ਦੇਖਣ ਤਾਂ ਉਹਦਾ ਗਲਾ ਕੱਟਿਆ ਹੋਇਆ ਸੀ ਫਰੰਟ ਸਾਈਡ ਤੋਂ, ਅਤੇ ਉਹਦੇ ਮੌਕੇ 'ਤੇ ਆ ਕੇ ਉਹਦੀ ਬੋਡੀ ਹੋਸਪਿਟਲ ਭੇਜਵਾ ਦਿੱਤੀ ਗਈ ਹੈ ਪੋਸਟਮਾਰਟਮ ਲਈ, ਅਤੇ ਹੁਣ ਅਸੀਂ ਆਸ ਪਾਸ ਦੇ ਏਰੀਏ ਦੀ ਸਰਚ ਕਰ ਰਹੇ ਹਾਂ। ਏਰੀਆ ਤਾਂ ਸੁੰਨਸਾਨ ਜੀ ਟਾਈਪ ਆ,
सर्च कर रहे हैं, लागे बिल्डिंगा की भी सर्च कर रहे हैं, CCTV कैमरा वगैरह देख के टावर लोकेशन या जो साड़ी टैक्निकल पॉइंट होंगे आधार से इस मर्डर होया मर्डर को ट्रेस करा। देखो ये तो सन कल पता लगे सी, कल गए थे अपने रिश्तेदार के कादियां साइड से, कल आ के मुड़ के घर नहीं आया ये इंसान। अज जो इन्हों का पता लगा तो मर्डर अज नहीं है कि कल का होया, असं उस चीज़ को सारा वेरीफाई कर रहे हैं। साढ़े ऑफिसर साहबानी भी आए डीपली इन देखा, बाकी साड़ी सख्ती नाकाबंदियाँ पेट्रोलिंग तो साड़ी पुलिस की थोड़े सामने ही है सारा कुछ। ये मेहनत मजदूरी कर रहे थे। हाँ जी हाँ जी, करीब 50 साल है जान। पंजाबी खबरां दे विच ए सी अज दीआं वड्डीआं खबरां, होर खबरां देखणियां सुणनियां पढ़नियां तां बने रहो आज न्यूज़ वाला दे नाल। सरदार गुरजीत सिंह, हर समस्या दा समाधान घर बैठे करवाओ। मनचाया कम, कारोबार विच रुकावट, वशीकरण करवाउणा जां तुड़वाउणा, लव मैरिज किता करवाया, संतान हीनता, सस नूं अते पति पत्नी च अनबन, गुप्त रोग, कोर्ट केस, तलाक करवाउणा जां ना करवाउणा, खो चुका प्यार, प्यार विच धोखा, सोतन जां दुश्मन तो छुटकारा, हर समस्या दा घर बैठे समाधान करवाओ। सरदार गुरजीत सिंह, अज ही फोन करो